बाबा 3 साल का बच्चा था जी, गार्ड नहीं था स्कूल पे गार्ड नहीं था गेट पे, छुट्टी होने के बाद बच्चा बाहर भाग गया। किसकी जिम्मेवारी है? पैसों से मतलब है केवल स्कूल वालों को, केवल पैसे पैसे का बच्चे मतलब होता है इनको। एक दिन फीस, अगर एक दिन लेट हो जाती है फीस तो तुरंत पेनल्टी लगा देते हैं। बच्चे की जिंदगी का सवाल है, बच्चा तो चला गया, अब कौन देगा बच्चा मेरा? जब तुम्हारे बच्चों के साथ ऐसा होगा, जब पता चलेगा तुम्हें मेरा एक बच्चा, मुझे बच्चा चाहिए। स्कूल चलाने का शौक है लेकिन कोई सिक्योरिटी का शौक नहीं है, रखने का पैसे लेने का शौक है तुम्हें। ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਸਰਸਵਤੀ ਮਾਡਲ ਸਕੂਲ ਦੇ ਵਿੱਚ 3.5 ਸਾਲ ਦੇ ਬੱਚੇ ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ। ਬੱਚੇ ਨੂੰ ਆਟੋ ਤੋਂ ਛੁੱਟੀ ਵੇਲੇ ਉਤਾਰਿਆ ਜਾ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਇੰਡੈਵਰ ਕਾਰ ਨੇ ਬੱਚੇ ਨੂੰ ਕੁਚਲ ਦਿੱਤਾ, ਜਿਸ ਦੀ CCTV ਫੁਟੇਜ ਸਾਹਮਣੇ ਆਈ ਹੈ। ਬੱਚੇ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੀ ਗਲਤੀ ਸਕੂਲ ਦੀ ਹੈ, ਕਿਉਂਕਿ ਛੁੱਟੀ ਵੇਲੇ ਕੋਈ ਵੀ ਗਾਰਡ ਗੇਟ ਤੇ ਮੌਜੂਦ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਸਕੂਲ ਪ੍ਰਸ਼ਾਸਨ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਦਾ ਗੇਟਮੈਨ ਮੌਕੇ ਤੇ ਹੀ ਸੀ ਅਤੇ ਉਸ ਵੱਲੋਂ ਬੱਚੇ ਨੂੰ ਆਟੋ ਚਾਲਕ ਨੂੰ ਸੌਂਪ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੀ ਇਹ ਹਾਦਸਾ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਸੰਗਰੂਰ ਦੇ ਪਿੰਡ ਲੌਂਗੇਵਾਲ ਵਿੱਚ ਸਕੂਲ ਵੈਨ 'ਚ ਅੱਗ ਲੱਗਣ ਕਰਕੇ ਬੱਚਿਆਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ ਤੇ ਉਸ ਤੇ ਕੁਝ ਸਵਾਲ ਖੜੇ ਹੁੰਦੇ ਹਨ ਕਿ ਇਸ ਦਾ ਜ਼ਿੰਮੇਦਾਰ ਕੌਣ ਹੈ? ਸਕੂਲੀ ਅਧਿਆਪਕ, ਆਟੋ ਚਾਲਕ ਜਾਂ ਫਿਰ ਪ੍ਰਸ਼ਾਸਨ? ਬਾਬਾ 3 ਸਾਲ ਦਾ ਬੱਚਾ ਤਾ ਜੀ, ਗਾਰਡ ਨਹੀਂ ਤਾ ਸਕੂਲ ਪੇ ਗਾਰਡ ਨਹੀਂ ਤਾ ਗੇਟ ਪੇ, ਛੁੱਟੀ ਹੋਣ ਲੱਗੇ ਬਾਬਾ ਬੱਚਾ ਬਾਹਰ ਭਾਗ ਗਿਆ। ਕਿਸਕੀ ਜ਼ਿੰਮੇਵਾਰੀ ਹੈ? ਪੈਸੋ ਸੇ ਮਤਲਬ ਹੈ ਕੇਵਲ ਸਕੂਲ ਵਾਲੋ ਕੋ, ਕੇਵਲ ਪੈਸੇ ਪੈਸੇ ਕਾ ਬੱਚੇ ਮਤਲਬ ਤਾ ਮਤਲਬ ਹੋਤਾ ਹੈ ਇਨਕੋ। ਗਾਰਡ ਨਹੀਂ ਤਾ, ਇੱਕ ਦਿਨ ਫੀਸ, ਅਗਰ ਇੱਕ ਦਿਨ ਲੇਟ ਹੋ ਜਾਤੀ ਹੈ ਫੀਸ ਤੋ ਤੁਰੰਤ ਪੈਨਲਟੀ ਲਗਾ ਦੇਤੇ ਹੈ। ਬੱਚੇ ਕੀ ਜ਼ਿੰਦਗੀ ਕਾ ਸਵਾਲ ਹੈ, ਬੱਚਾ ਤੋ ਚਲਾ ਗਿਆ, ਅਬ ਕੌਣ ਦੇਗਾ ਬੱਚਾ ਮੇਰਾ? ਵਿਦਿਤ ਸ਼੍ਰੀਵਾਸਤਵ ਦੀ ਫੋਟੋ ਦਿਖਾ ਸਕਦੇ ਹੋ ਕਿ ਬੱਚੇ ਕੀ ਛੋਟੇ ਕੌਣ ਸੀ ਕਲਾਸ ਮੇ ਥਾ? ਇੱਕ ਫੋਟੋ ਪਲੇ ਗਰੁੱਪ ਮੇ ਥਾ। ਜਦ ਤੁਹਾਡੇ ਬੱਚੋਂ ਕੇ ਸਾਥ ਐਸਾ ਹੋਗਾ, ਜਬ ਪਤਾ ਚਲੇਗਾ ਤੁਮੇ ਮੇਰਾ ਇੱਕ ਬੱਚਾ, ਮੁਝੇ ਬੱਚਾ ਚਾਹੀਏ। ਸਕੂਲ ਚਲਾਨੇ ਕਾ ਸ਼ੌਕ ਹੈ ਲੇਕਿਨ ਕੋਈ ਸਿਕਿਉਰਿਟੀ ਕਾ ਸ਼ੌਕ ਨਹੀਂ ਹੈ, ਰੱਖਨੇ ਕਾ ਪੈਸੇ ਲੈਨੇ ਕਾ ਸ਼ੌਕ ਹੈ ਤੁਮੇ, ਪੈਸੇ ਲੈਨੇ ਕਾ ਸ਼ੌਕ ਹੈ ਔਰ ਕੁਛ ਕਾ ਸ਼ੌਕ ਨਹੀਂ ਹੈ। ਮੇਰਾ ਬੱਚਾ ਚਾਹੀਏ। ਮੇਰੇ ਉਸੀ ਬੱਚੇ ਮੇ ਚਾਰ ਬੰਦੇ ਹੈ, ਉਸੀ ਬੱਚੇ ਕੇ ਖਾਤੇ ਜੀ ਰਹੇ ਹਾਂ ਹਮ। ਕਿਉਂ ਭਾਗ ਰਹੇ ਹੋ? ਜਵਾਬ ਤੋਂ ਜਵਾਬ, ਅਭੀ ਤੋ ਨਜ਼ਰ ਹੋਣੀ ਹੈ ਬੱਚੇ ਕੀ ਰਹੀ ਹੈ। ਸਿਕਿਉਰਿਟੀ ਥੀ ਗੇਟ ਪੇ ਥਾ ਵੋ ਗੇਟ ਮੈਨ, ਬੱਚੇ ਕੀ ਡਰ ਸੇ ਬਚਾਇਆ ਜਾ ਰਹਾ ਹੈ। ਜੋ ਵਹਾਂ ਪੇ ਚਸ਼ਮੇ ਥੇ ਉਨਕਾ ਮਾਨਨਾ ਥਾ ਕਿ ਆਟੋ ਵਾਲਾ ਗਲਤ ਖੜਾ ਹੁਆ ਥਾ। ਨਹੀਂ ਵੋ ਲੈ ਕੇ ਆਇਆ ਲਾਈਨ ਮੇ ਬੱਚੋ ਕੋ ਬਾਹਰ, ਸ਼ਾਂਤ ਕਿਉਂ ਹੋ ਜਾਏ? ਬੱਚੋ ਕੋ ਲੈ ਕੇ ਆਇਆ ਵੋ ਲਾਈਨ ਮੇ, ਵਹਾਂ ਕਿਸੀ ਸੀ ਵੀ ਹੈ ਵਹਾਂ ਸਭ ਸੇ ਬੜੀ ਬਾਤ ਹੈ। ਹਮ ਇਤਨੀ ਦੇਰ ਸੇ ਮੈਨੇ ਕੁਛ ਨਹੀਂ ਕਹਾ, ਇਨਹੋਨੇ ਝੂਠ ਤੇ ਕਹਿ ਦਿਆ ਕਿ ਆਟੋ ਵਾਲੇ ਕੇ ਹਮਨੇ ਹਵਾਲੇ ਕਰ ਦਿਆ ਥਾ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।